सो गाइस सत श्री अकाल एंड वंस अगेन वेलकम टू पारुल सावला नॉलेज अनप्लग्ड। सो आज आप इतने थार जिहड़ी कि अजकल दी सब तो फेमस गड्डी है पंजाब दी, उहदे विच आपां ब्लैक एंड वाइट थार दे वर्सिज की इहनां दे विच कंपैरिजन है और आपां की इत्थे इहदे विच चेंजेस कीते ने और की रिव्यूज़ ने इस गड्डी दे तुहानूं चैक करवाने आ। सो आपां इत्थे आ चुके हां जी, अपने कोल दोनों थार इत्थे खड़ियां ने। एक हैगी है जी ब्लैक कलर दी थार जिहदे विच ग्रिल तुसीं देख सकते हो, ग्रिल लगी हुई है, हैडलाइट्स लगे हुए ने, चेन ने, ਉਹਦੇ ਬੰਪਰ ਜਿਹੜਾ ਹੈ ਉਹ ਚੇਨ ਨਹੀਂ ਹੈ, ਉਹ ਨੋਰਮਲ ਬੰਪਰ ਹੈ ਔਰ DRL ਵੀ ਨਹੀਂ ਲੱਗੇ ਹੋਏ, ਨੋਰਮਲ ਇੱਥੇ ਗੱਡੀ ਦੀ ਲੁੱਕ ਹੈਗੀ ਹੈ। ਸੋ ਇਹ ਹੈਗੀ ਆਪਣੀ ਨੋਰਮਲ ਬਲੈਕ ਕਲਰ ਦੀ ਕਾਰ ਔਰ ਇਹ ਹੈਗੀ ਹੈ ਵਾਈਟ ਕਲਰ ਦੀ ਥਾਰ ਔਰ ਇਹਦੇ ਵਿੱਚ ਕੀ ਸਪੈਸ਼ਲ ਹੈ ਉਹ ਵੀ ਵੀਡੀਓ ਦੇਖਦੇ ਰਹੋ, ਮੈਂ ਤੁਹਾਨੂੰ ਚੈੱਕ ਕਰਵਾਉਣਾ। ਇਹਦੇ ਵਿੱਚ ਇੱਕ ਹੋਰ ਚੀਜ਼ ਬਹੁਤ ਸਪੈਸ਼ਲ ਹੈ ਜੋ ਕਿ ਮੈਂ ਤੁਹਾਨੂੰ ਹੁਣੇ ਵੀਡੀਓ ਦੇ ਵਿੱਚ ਦਿਖਾਊਂਗਾ। ਇੱਥੇ ਤੁਸੀਂ ਦੇਖ ਸਕਦੇ ਹੋ ਇੱਥੇ ਸਭ ਤੋਂ ਪਹਿਲੇ ਅਪਗ੍ਰੇਡ ਹੋਏ ਨੇ ਪਲਾਟੀ ਦੇ ਅਲੋਇਜ਼ ਜੋ ਕਿ ਬਹੁਤ ਹੀ ਸੋਹਣੇ ਲੱਗ ਰਹੇ ਨੇ। ਕੈਂਡਾ ਦੇ ਨਾਲ ਆਪਾਂ ਟਾਇਰ ਪਾਏ ਨੇ 20 ਇੰਚ ਦੇ ਅਲੋਇ ਪਾਏ ਨੇ ਔਰ ਇਹਦੇ ਨਾਲ ਆਪਾਂ ਹੈੱਡਲਾਈਟਸ ਇੱਥੇ ਵੀ ਚੇਂਜ ਹੋਈਆਂ ਨੇ, ਨਾਲ ਇਹਦੀ ਗ੍ਰਿਲ ਵੀ ਚੇਂਜ ਹੋਈ ਹੈ, ਗ੍ਰਿਲ ਦੇ ਨਾਲ ਨਾਲ ਇਹਦੇ DRLs ਵੀ ਲੱਗੇ ਨੇ, DRL ਦੇ ਨਾਲ ਇਹਦਾ ਬੰਪਰ ਵੀ ਲੱਗਿਆ ਔਰ ਬੰਪਰ ਦੇ ਨਾਲ ਤੁਸੀਂ ਲੁੱਕ ਚੈੱਕ ਕਰ ਸਕਦੇ ਹੋ ਦੋਨੋਂ ਗੱਡੀਆਂ ਦੇ ਵਿੱਚ ਕਿੰਨਾ ਜ਼ਮੀਨ ਅਸਮਾਨ ਦਾ ਫਰਕ ਹੈ। ਇੱਕ ਨੋਰਮਲ ਥਾਰ ਖੜੀ ਹੈ, ਦੂਜੀ ਥਾਰ ਜਿਹੜੀ ਕਿ ਪ੍ਰੋਪਰਲੀ ਮੋਡੀਫਾਈ ਕੀਤੀ ਹੈ ਔਰ ਇਸ ਥਾਰ ਦੇ ਨਾਲ ਨਾਲ ਤੁਸੀਂ ਚੈੱਕ ਕਰੋ ਇਹਦੀ ਸਾਈਡ ਤੋਂ ਲੁੱਕਸ ਔਰ ਹੁਣ ਜੇ ਆਪਾਂ ਇਹਦੀ ਗ੍ਰਿਲ ਦੇ ਬਾਰੇ, ਵੈਸੇ ਕਈ ਲੋਕਾਂ ਨੂੰ ਵਾਈਟ ਥਾਰ ਦੇ ਉੱਤੇ ਬਲੈਕ ਗ੍ਰਿਲ ਵੀ ਪਸੰਦ ਆਉਂਦੀ, ਤੁਸੀਂ ਕਮੈਂਟ ਜ਼ਰੂਰ ਕਰਨਾ ਤੁਹਾਨੂੰ ਵਾਈਟ ਦੇ ਉੱਤੇ ਵਾਈਟ ਗ੍ਰਿਲ ਅੱਛੀ ਲੱਗ ਰਹੀ ਹੈ ਬਲੈਕ ਔਰ ਇੱਥੇ ਜਿਹੜੀ ਹੈ ਬਲੈਕ ਵਾਲੀ ਥਾਰ। ਮੈਂ ਤੁਹਾਨੂੰ ਇਹਦਾ ਇੰਟੀਰੀਅਰ ਵੀ ਇੱਕ ਵਾਰ ਚੈੱਕ ਕਰਾਉਣਾ, ਦੋਨਾਂ ਦਾ ਆਪਾਂ ਪ੍ਰੋਪਰਲੀ ਕੰਪੈਰੀਜ਼ਨ ਕਰਦੇ ਹਾਂ। ਇੱਥੇ ਚੈੱਕ ਕਰ ਸਕਦੇ ਹੋ ਜਦੋਂ ਵੀ ਤੁਸੀਂ ਪੈਟਰੋਲ ਭਰਵਾਉਣਾ ਨਾ ਤਾਂ ਤੁਹਾਨੂੰ ਇੱਥੇ ਉਤਰ ਕੇ ਲੌਕ ਓਪਨ ਕਰਨਾ ਪਏਗਾ ਚਾਬੀ ਦੇ ਨਾਲ ਔਰ ਇਹਦਾ ਨੋਰਮਲ ਇੰਟੀਰੀਅਰ ਤੁਸੀਂ ਬਲੈਕ ਕਾਰ ਦਾ ਚੈੱਕ ਕਰ ਸਕਦੇ ਹੋ, 4x4 ਆਟੋਮੈਟਿਕ ਔਰ ਲੋਕੀ ਕਹਿੰਦੇ ਕਿ ਬਲੈਕ ਦੇ ਵਿੱਚ ਹੀ 4x4 ਆਉਂਦੀ ਹੈ। ਸੋ ਕੋਈ ਗੱਲ ਨਹੀਂ, ਸਰਪ੍ਰਾਈਜ਼ ਆਰ ਔਨ ਦਾ ਵੇਜ਼, ਸੋ ਤੁਹਾਨੂੰ ਸਰਪ੍ਰਾਈਜ਼ ਦੇਵਾਂਗੇ ਹੁਣੇ ਇੱਕ ਹੋਰ। ਸੋ ਇਹਦੀ ਜਿਹੜੀ ਬੈਕ ਹੈਗੀ ਹੈ ਆਪਣੀ ਗੱਡੀ ਦੀ ਉਹ ਕੁਛ ਇਸ ਤਰ੍ਹਾਂ ਦੀ ਲੁੱਕਸ ਹੈ ਬਲੈਕ ਵਾਲੇ ਦੀ ਔਰ ਜਿਹੜੀ ਵਾਈਟ ਵਾਲੀ ਹੈ ਉਹ ਤਾਂ ਕੀ ਕਹਿੰਦੇ, ਬਹੁਤ ਹੀ ਸੋਹਣੀ ਲੱਗ ਰਹੀ ਹੈ ਗੱਡੀ ਔਰ ਇੱਥੇ ਤੁਹਾਨੂੰ ਜਿਹੜਾ ਮੈਂ ਕੰਪੈਰੀਜ਼ਨ ਕਹਿ ਰਹੀ ਸੀ ਉਹ ਮੈਂ ਤੁਹਾਨੂੰ ਦਿਖਾਉਣਾ। ਇੱਥੇ ਆਪਾਂ ਲਗਾਇਆ ਆਟੋਮੈਟਿਕ ਫਿਊਲ ਟੈਂਕ ਜੋ ਕਿ ਅੰਦਰੋਂ ਪੁਸ਼ ਬਟਨ ਦੇ ਨਾਲ ਹੀ ਓਪਨ ਹੋ ਜਾਂਦਾ ਔਰ ਇਸ ਗੱਡੀ ਦਾ ਇੰਟੀਰੀਅਰ ਚੈੱਕ ਕਰੋ। ਇੱਕ ਤਾਂ ਇੱਥੇ ਮੈਟਸ ਵੀ ਆਪਾਂ 70 ਮੈਟਸ ਪਾਤੇ, ਗੱਡੀ ਦੀ ਲੁੱਕਸ ਹੋਰ ਇਨਾਂਸ ਹੋ ਗਈਆਂ ਪਲੱਸ ਆਟੋਮੈਟਿਕ 4x4 'ਚ ਵੀ ਵਾਈਟ ਕਲਰ ਆਉਂਦਾ ਹੈ। ਬਹੁਤ ਸਾਰੇ ਲੋਕਾਂ ਨੂੰ ਇਹ ਸੀਗਾ ਕਿ ਹਾਂ ਵੀ ਵਾਈਟ ਕਲਰ ਆਉਂਦਾ ਕਿ ਨਹੀਂ ਆਉਂਦਾ, ਜੀ ਹਾਂ ਵਾਈਟ ਕਲਰ ਦੇ ਵਿੱਚ ਚੈੱਕ ਕਰ ਸਕਦੇ ਹੋ, ਵਾਈਟ ਕਲਰ ਦੀ ਥਾਰ ਹੈ, ਵਾਈਟ ਕਲਰ ਦੀ ਥਾਰ ਦੇ ਵਿੱਚ 4x4 ਆਟੋਮੈਟਿਕ ਆਉਂਦੀ ਹੈ ਜੀ, ਬਿਲਕੁਲ ਆਉਂਦੀ ਹੈ ਔਰ ਥਾਰ ਔਰ ਇਹਦਾ ਇੰਟੀਰੀਅਰ ਦੇ ਵਿੱਚ ਆਪਾਂ ਇੱਥੇ AC ਵੈਂਟ ਚੇਂਜ ਕੀਤੇ ਨੇ ਸਾਰੇ, AC ਵੈਂਟ ਦੇ ਨਾਲ ਨਾਲ ਇਹਨਾਂ ਨੇ ਇੱਥੇ 70 ਮੈਟਸ ਪਾਏ ਨੇ, 70 ਮੈਟਸ ਟੌਪ ਗੇਅਰ ਕੰਪਨੀ ਦੇ ਔਰ ਨਾਲ ਹੀ ਆਪਾਂ ਇੱਥੇ ਅਲੋਇਜ਼ ਵੀ ਅਪਗ੍ਰੇਡ ਕੀਤੇ ਨੇ, ਆਟੋਮੈਟਿਕ ਫਿਊਲ ਟੈਂਕ ਵੀ ਲਗਾਇਆ ਆਪਾਂ ਇੱਥੇ, ਆਟੋਮੈਟਿਕ ਫਿਊਲ ਟੈਂਕ ਦੇ ਨਾਲ ਹੀ ਆਪਾਂ ਇੱਥੋਂ ਪੂਰੀ ਗੱਡੀ ਦੀ ਦੋਨੋਂ ਗੱਡੀਆਂ ਦਾ ਕੰਪੈਰੀਜ਼ਨ ਲੁੱਕਸ ਚੈੱਕ ਕਰ ਸਕਦੇ ਹਾਂ। ਦੋਨੋਂ ਗੱਡੀਆਂ ਕਿੰਨੀਆਂ ਹੀ ਪਿਆਰੀਆਂ ਨੇ, ਬਟ ਵਾਈਟ ਵਾਲੀ ਗੱਡੀ ਬਹੁਤ ਹੀ ਜ਼ਿਆਦਾ ਸੁੰਦਰ ਲੱਗ ਰਹੀ ਹੈ ਯਾਰ। ਤਾਂ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਹਾਂ ਵੀ ਤੁਹਾਨੂੰ ਕਿਹੜੀ ਗੱਡੀ ਵਧੀਆ ਲੱਗ ਰਹੀ ਹੈ, ਕਿਹਦੀ ਲੁੱਕਸ ਵਧੀਆ ਲੱਗ ਰਹੇ ਨੇ। ਇੱਕ ਬੰਪਰ ਦੇ ਨਾਲ ਹੈ, ਇੱਕ ਬੰਪਰ ਤੋਂ ਬਿਨਾਂ ਹੈ ਔਰ ਇੱਕ ਵਾਈਟ ਹੈ ਔਰ ਇੱਕ ਬਲੈਕ ਹੈ ਆਪਣੇ ਕੋਲ। ਸੋ ਕਮੈਂਟ ਜ਼ਰੂਰ ਕਰਿਓ ਔਰ ਲਾਈਕ ਕਰਿਓ ਔਰ ਜੇ ਹਾਲੇ ਤੱਕ ਪੇਜ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਲਦੀ ਤੋਂ ਸਬਸਕ੍ਰਾਈਬ ਕਰ ਦਿਓ। ਸੋ ਬਹੁਤ ਹੀ ਜਲਦੀ ਮਿਲਾਂਗੇ ਇੱਕ ਹੋਰ ਨਵੀਂ ਵੀਡੀਓ ਦੇ ਨਾਲ, ਤਦ ਤੱਕ ਦੇਖਦੇ ਰਹੋ ਪਾਰੁਲ ਸਾਵਲਾ ਨੌਲੇਜ ਐਂਡ ਪਲੱਗ ਔਰ ਸ਼ੇਅਰ ਕਰਦੇ ਰਹੋ। ਲਵ ਯੂ, ਟੇਕ ਕੇਅਰ, ਬਾਏ ਬਾਏ।